ਦੇਸ਼ ਭਰ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਮੌਕੇ ਤੇ ਬਾਲ ਦਿਵਸ ਹਰ ਥਾਂ ਹੀ ਮਨਾਇਆ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਦੀਨਾਨਗਰ ਦੀ ਤਾਂ ਦੀਨਾਨਗਰ ਦੇ ਗ੍ਰੀਨਲੈਂਡ ਪਬਲਿਕ ਸਕੂਲ ਵਿੱਚ ਵੀ ਬਾਲ ਦਿਵਸ ਮਨਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਗ੍ਰੀਨਲੈਂਡ ਪਬਲਿਕ ਸਕੂਲ ਵਿੱਚ 15 ਦੇ ਕਰੀਬ ਜੁੜਵਾ ਬੱਚੇ ਹਨ ਅਤੇ ਇਹ ਸਾਰੇ ਬੱਚੇ ਦੀਨਾਨਗਰ ਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਹਨ। ਗ੍ਰੀਨਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਜੋਤੀ ਠਾਕੁਰ ਨੇ ਦੱਸਿਆ ਹੈ ਕਿ ਉਹਨਾਂ ਦੇ ਸਕੂਲ ਵਿੱਚ 15 ਦੇ ਕਰੀਬ ਜੁੜਵਾ ਬੱਚੇ ਵੱਖ ਵੱਖ ਕਲਾਸਾਂ ਵਿੱਚ ਪੜ੍ਹ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਬੱਚਿਆਂ ਦੀ ਸ਼ਕਲ ਸੂਰਤ ਇੱਕ ਦੂਸਰੇ ਨਾਲ ਖੂਬ ਮਿਲਦੀ ਹੈ, ਜਿਸ ਕਰਕੇ ਕਲਾਸ ਦੇ ਟੀਚਰਾਂ ਨੂੰ ਵੀ ਇਹਨਾਂ ਨੂੰ ਪੜ੍ਹਾਉਣ ਸਮੇਂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪ੍ਰਿੰਸੀਪਲ ਦੇ ਮੁਤਾਬਕ ਇਹ ਬੱਚੇ ਇੰਨੇ ਸ਼ਰਾਰਤੀ ਹਨ ਕਿ ਇੱਕ ਦੂਸਰੇ ਦੀ ਕਾਪੀ ਵੀ ਟੀਚਰਾਂ ਨੂੰ ਚੈੱਕ ਕਰਾ ਦਿੰਦੇ ਹਨ। ਉਹਨਾਂ ਦੱਸਿਆ ਕਿ ਹਾਲਾਂਕਿ ਇਹਨਾਂ ਬੱਚਿਆਂ ਦੇ ਨਾਮ ਵੱਖੋ ਵੱਖ ਹਨ ਪਰ ਚਿਹਰੇ ਇੱਕੋ ਹੋਣ ਕਰਕੇ ਕਈ ਵਾਰ ਤਾਂ ਇੱਕੋ ਹੀ ਬੱਚੇ ਨੂੰ ਦੋ ਵਾਰ ਝਿੜਕਾਂ ਵੀ ਪੈ ਜਾਂਦੀਆਂ ਹਨ। ਪ੍ਰਿੰਸੀਪਲ ਜੋਤੀ ਠਾਕੁਰ ਨੇ ਦੱਸਿਆ ਹੈ ਕਿ ਇਹ ਬੱਚੇ ਸ਼ਰਾਰਤੀ ਹੋਣ ਦੇ ਨਾਲ ਨਾਲ ਪੜ੍ਹਨ ਵਿੱਚ ਵੀ ਕਾਫ਼ੀ ਹੁਸ਼ਿਆਰ ਹਨ। ਫਸਟ ਆਫ ਆਲ ਹੈਪੀ ਚਿਲਡਰਨ ਡੇ। ਆਈ ਐਮ ਡਾਕਟਰ ਜੋਤੀ ਠਾਕੁਰ, ਪ੍ਰਿੰਸੀਪਲ ਆਫ ਗ੍ਰੀਨਲੈਂਡ ਪਬਲਿਕ ਸਕੂਲ। ਦਿਸ ਇਜ਼ ਅ ਰੀਅਲੀ ਮੈਟਰ ਆਫ ਪ੍ਰਾਈਡ ਦੈਟ ਵੀ ਹੈਵ 15 ਪੇਅਰ ਆਫ ਟਵਿੰਸ। ਦੇ ਆਰ ਆਲ ਜੀਨੀਅਸ। ਸਭ ਕੀ ਅਲੱਗ ਅਲੱਗ ਸ਼ੈਤਾਨੀਆਂ ਹੈ ਔਰ ਬਹੁਤ ਹੀ ਪੜ੍ਹਨੇ ਮੇਂ ਅੱਛੇ ਬੱਚੇ ਹੈ ਯੇ ਲੋਗ। ਔਰ ਟੀਚਰਸ ਵੀ ਕਈ ਵਾਰ ਹੈਰਾਨ ਹੋ ਜਾਤੇ ਹੈ, ਕਿਸੀ ਕੀ ਕਾਪੀ ਕੋਈ ਚੈੱਕ ਕਰਾ ਲੈਤਾ ਆਪਣੇ ਸਿਸਟਰ ਕੀ, ਬ੍ਰਦਰ ਕੀ। ਤੋ ਇਸ ਤਰ੍ਹਾਂ ਕਿ ਸ਼ੈਤਾਨੀਆਂ ਡੇਲੀ ਮੇਰੇ ਪਾਸ ਕੰਪਲੇਂਟ ਆਤੀ ਹੈ, ਮੈਂ ਵੀ ਬਹੁਤ ਸ਼ੈਤਾਨੀ ਕਰ ਰਿਹਾ ਜੀ, ਆਪਣੇ ਬ੍ਰਦਰ ਕੀ ਕਾਪੀ ਚੈੱਕ ਕਰਾ ਰਹਾ ਜੀ, ਆਪਣੀ ਸਿਸਟਰ ਕੀ ਕਾਪੀ ਚੈੱਕ ਕਰਾ ਰਹਾ ਹੈ। ਲੇਕਿਨ ਐਗਜ਼ਾਮ ਬਹੁਤ ਫੇਰ ਦਿੱਤੇ ਹੈ ਇਹ ਬੱਚੇ, ਬਹੁਤ ਅੱਛੇ ਬੱਚੇ ਹੈ, ਪਿਆਰੇ ਵੀ ਬਹੁਤ ਹੈ। ਕੁਛ ਇੱਕ ਦੋ ਸਟੂਡੈਂਟਸ ਅੱਜ ਪੇਅਰ ਐਸੇ ਹੈ ਜੋ ਅੱਜ ਮਿਸ ਹੈ, ਉਹ ਮੈਰਿਜ ਮੇਂ ਗਏ ਹੋਏ, ਅਦਰਵਾਈਜ਼ ਉਹ ਵੀ ਹੈ ਉੱਤੇ। ਸੰਬਡੀ ਵਾਸ ਟੈਲਿੰਗ ਵੀ ਗੋ ਫੋਰ ਗਿਨੀਜ਼ ਰਿਕਾਰਡ ਬੁੱਕ। ਓਬਵੀਅਸ ਆਤੀ ਹੈ, ਕਈ ਵਾਰ ਮੈਂ ਨਿਹਾਰਿਕਾ ਕੋ ਸਾਰਿਕਾ, ਸਾਰਿਕਾ ਕੋ ਨਿਹਾਰਿਕਾ ਬੁਲਾ ਲੈਤੀ ਹੂੰ। ਔਰ ਜਿਸ ਤਰ੍ਹਾਂ ਸੇ ਮੇਰਾ ਐਨੁਅਲ ਫੰਕਸ਼ਨ ਆ ਰਹਾ ਹੈ, ਮੈਡਮ ਅਰਨਾ ਚੌਧਰੀ ਜੀ ਹਮਾਰੇ ਚੀਫ ਗੈਸਟ ਹੈ, ਤੋ ਉਸਮੇ ਯੇ ਕੁਛ ਸਟੂਡੈਂਟਸ ਐਸੇ ਹੈ ਜੋ ਇਧਰ ਵੀ ਹੋਂਗੇ, ਉਸ ਸਾਈਡ ਵੀ ਦੂਸਰਾ ਬੱਚਾ ਹੋਗਾ, ਤੋ ਵੋ ਲਗੇਗਾ ਜੈਸੇ ਇੱਕ ਹੀ ਬੱਚਾ ਦੋਨੇ ਸਾਈਡ ਪੇ ਕੈਸੇ ਹੈ। ਤੋ ਕਾਫੀ ਸਾਰੇ ਐਸੇ ਟਵਿੰਸ ਬੱਚੇ ਹੈ ਜੋ ਬਿਲਕੁਲ ਜਿਨਕੀ ਸ਼ਕਲ ਮਿਲਤੀ ਹੈ, ਕੁਛ ਏਕ ਆਦ ਐਸੇ ਹੈ ਜਿਨਕੀ ਨਹੀਂ ਵੀ ਮਿਲਤੀ ਹੈ। ਮੈਡਮ ਇਨਕੀ ਹਰਕਤੇ ਜੋ ਸੇਮ ਹੀ ਹੋਤੀ ਹੈ ਦੋਨੋਂ ਕੀ? ਆਲਮੋਸਟ ਸੇਮ ਹੈ, ਸ਼ੈਤਾਨ ਬਹੁਤ ਹੈ ਬੱਚੇ। ਪੜ੍ਹਨੇ ਮੇਂ ਮੈਡਮ ਕਿਆ ਸੇਮ ਕੀ? ਪੜ੍ਹਨੇ ਮੇਂ ਬਹੁਤ ਇੰਟੈਲੀਜੈਂਟ ਹੈ, ਯੇ ਮੁਝੇ ਬੜੀ ਹੈਰਾਨੀ ਹੋਤੀ ਹੈ। ਅਭੀ 10th ਮੇਂ ਮੇਰਾ ਇੱਕ ਪੇਅਰ ਗਿਆ ਹੈ ਟਵਿੰਸ ਕਾ, ਵੋ ਤੋ ਬਹੁਤ ਹੀ ਇੰਟੈਲੀਜੈਂਟ ਬੱਚੇ ਥੇ, ਵੋ ਵੀ 10th ਕਰਕੇ ਯਹਾਂ ਸੇ ਪਾਸ ਆਊਟ ਹੋ ਕੇ ਗਏ ਹੈ ਬੱਚੇ। ਤੋ ਵੋ ਵੀ ਯਹਾਂ ਹੋਤੇ ਔਰ ਆਨੇ ਵਾਲੇ ਸਾਲ ਮੇਂ ਵੀ ਕੁਛ ਬੱਚੇ ਆਨੇ ਵਾਲੇ ਹੈ ਜੋ ਪਹਿਲੇ ਸੇ ਬੁਕਿੰਗ ਕਰਾ ਚੁੱਕੇ ਹੈ। ਕਿਆ ਕਾਰਨ ਹੈ ਮੈਡਮ ਆਪਕੇ ਸਕੂਲ ਮੇਂ ਹੀ ਬੱਚੇ ਟਵਿੰਸ ਜੋ ਮਿਲਤੇ ਪਏ ਹਮਕੋ? ਪਤਾ ਨਹੀਂ, ਇੱਕ ਤੋ ਅਟ੍ਰੈਕਸ਼ਨ ਹੈ ਔਰ ਦੂਸਰਾ ਲੋਗੋਂ ਕੋ ਯੇ ਵੀ ਪਤਾ ਚਲ ਗਿਆ ਹੈ ਕਿ ਵਹਾਂ ਪੇ ਟਵਿੰਸ ਬਹੁਤ ਹੈ। तो सभी की कोशिश होती है ग्रीनलैंड में आने की, और जब मुझे पता चलता है कि ग्रीनलैंड में ट्विंस आने वाले हैं तो मैं बहुत बड़ी कंसेशन देती हूँ उनको, क्योंकि मुझे बहुत पसंद है ट्विंस बच्चे। बच्चों को क्या संदेश दोगे आप चिल्ड्रन डे पर? मैं यही संदेश देती हूँ कि अच्छे नागरिक बने, जो मोदी जी की मुहिम चलाई हुई है कि स्वच्छ भारत वो रखें, इस तरह से अच्छी बातें सीखें, ट्रीज लगाएँ बच्चे, और ये बर्थडे पे जो केक काटते हैं वो केक ना काट के उसकी जगह 2-3 ट्रीज लगा दें, जो इस तरह की प्रॉब्लम आ रही है स्मोक की वो नहीं आएगी आने वाले टाइम पे। हमें अभी से अवेयर होना चाहिए, हम ये बच्चों को जरूर बताएंगे। दीनानगर तो डॉक्टर रमेश की रिपोर्ट, पंजाब टुडे।